ਧਰਮਸ਼ਾਲਾ ਦੇ ਵਿੱਚ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਇੱਕ ਲੜਕੀ ਹੁਣ ਡਾਕਟਰ ਬਣ ਗਈ ਹੈ। ਧਰਮਸ਼ਾਲਾ ਦੀ ਪਿੰਕੀ ਨੇ ਆਪਣੀ ਮਿਹਨਤ ਅਤੇ ਇੱਕ ਬੋਧੀ ਭਿਕਸ਼ੂ ਦੀ ਮਦਦ ਦੇ ਨਾਲ ਇਸ ਅਸੰਭਵ ਕੰਮ ਨੂੰ ਸੰਭਵ ਕਰ ਦਿੱਤਾ। ਦਰਅਸਲ ਮੈਕਲੋਡਗੰਜ ਦੇ ਵਿੱਚ ਭਗਵਾਨ ਬੁੱਧ ਦੇ ਮੰਦਿਰ ਦੇ ਨੇੜੇ 4.5 ਸਾਲ ਦੀ ਪਿੰਕੀ ਹਰਿਆਣਵੀ ਆਪਣੀ ਮਾਂ ਦੇ ਨਾਲ ਮਿਲ ਕੇ ਲੋਕਾਂ ਦੇ ਸਾਹਮਣੇ ਹੱਥ ਫਲਾ ਕੇ ਭੀਖ ਮੰਗਦੀ ਸੀ, ਪਰ ਉੱਥੇ ਤਿਬਤੀ ਸ਼ਰਨਾਰਥੀ ਭਿਕਸ਼ੂ ਜਾਮਯਾਂਗ, ਜੋ ਕਿ ਬੁੱਧ ਦੀ ਦਿਆਲਤਾ ਦਾ ਪ੍ਰਤੀਕ ਹੈ ਅਤੇ ਉਸ ਦੀ ਦਇਆ ਨੇ ਬੱਚਿਆਂ ਦੇ ਨਾਲ ਨਾਲ ਹੋਰ ਭਿਖਾਰੀਆਂ ਅਤੇ ਝੁੱਗੀਆਂ ਦੇ ਵਿੱਚ ਝੁੱਗੀਆਂ ਝੌਂਪੜੀਆਂ ਦੇ ਕੂੜਾ ਚੁੱਕਣ ਵਾਲਿਆਂ ਦੀ ਮਦਦ ਉਸਨੇ ਕੀਤੀ। ਉਹਨਾਂ ਨੇ ਉਸਨੂੰ ਆਪਣੀ ਧੀ ਮੰਨਿਆ ਅਤੇ ਉਹਨਾਂ ਨੇ ਉਸਨੂੰ ਨਵੀਂ ਜ਼ਿੰਦਗੀ ਦਿੱਤੀ, ਜਿਸ ਕਾਰਨ ਅੱਜ ਠੀਕ 20 ਸਾਲਾਂ ਬਾਅਦ ਉਹ ਲੜਕੀ MBBS ਦੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣੀ। ਪਿੰਕੀ ਹਰਿਆਣਾ ਨੇ ਇਹ ਕਿਹਾ ਕਿ ਮੈਂ ਡਾਕਟਰ ਬਣ ਕੇ ਬਹੁਤ ਖੁਸ਼ ਹਾਂ, ਮੈਨੂੰ ਆਪਣੇ ਨਾਮ ਦੇ ਨਾਲ ਡਾਕਟਰ ਲਗਾਉਣਾ ਬਹੁਤ ਹੀ ਚੰਗਾ ਲੱਗਦਾ ਹੈ। ਪਿੰਕੀ ਨੇ ਦੱਸਿਆ ਹੈ ਕਿ ਸਾਲ 2004 ਦੇ ਵਿੱਚ ਉਹ ਆਪਣੀ ਮਾਂ ਕ੍ਰਿਸ਼ਨਾ ਦੇ ਨਾਲ ਤਿਉਹਾਰ ਦੇ ਸੀਜ਼ਨ ਦੇ ਦੌਰਾਨ ਮੈਕਲੋਡਗੰਜ ਦੇ ਵਿੱਚ ਬੁੱਧ ਮੰਦਿਰ ਦੇ ਨੇੜੇ ਭੀਖ ਮੰਗ ਰਹੀ ਸੀ। ਫਿਰ ਉੱਥੇ ਭਿਕਸ਼ੂ ਜਾਮਯਾਂਗ ਦੀ ਨਜ਼ਰ ਉਸ ਤੇ ਪਈ ਅਤੇ ਕੁਝ ਦਿਨਾਂ ਬਾਅਦ ਭਿਕਸ਼ੂ ਜਾਮਯਾਂਗ ਚਰਨ ਖੱਡ ਦੀ ਝੁੱਗੀ ਵਿੱਚ ਆ ਗਏ, ਜਿੱਥੇ ਪਿੰਕੀ ਆਪਣੇ ਪਰਿਵਾਰ ਨਾਲ ਰਹਿੰਦੀ ਸੀ, ਅਤੇ ਭਿਕਸ਼ੂ ਜਾਮਯਾਂਗ ਨੇ ਪਿੰਕੀ ਨੂੰ ਪਹਿਚਾਣ ਲਿਆ ਅਤੇ ਇਸ ਤੋਂ ਬਾਅਦ ਉਹਨਾਂ ਨੇ ਪਿੰਕੀ ਦੇ ਪਿਤਾ ਕਸ਼ਮੀਰੀ ਲਾਲ ਨੂੰ ਬੇਨਤੀ ਕੀਤੀ ਕਿ ਉਹ ਪਿੰਕੀ ਨੂੰ ਉਸ ਦੇ ਨਵੇਂ ਬਣੇ ਟੋਂਗਲੇਨ ਚੈਰੀਟੇਬਲ ਟਰੱਸਟ ਦੇ ਹੋਸਟਲ ਵਿੱਚ ਪੜ੍ਹਾਈ ਕਰਨ ਦੇ ਲਈ ਭੇਜ ਦੇਣ। ਇਹ ਹੋਸਟਲ ਚਰਨ ਖੱਡ ਦੀਆਂ ਗੰਦੀਆਂ ਝੁੱਗੀਆਂ ਦੇ ਵਿੱਚ ਰਹਿਣ ਵਾਲੇ ਉਹਨਾਂ ਬੱਚਿਆਂ ਲਈ ਸੀ ਜੋ ਕਿ ਭੀਖ ਮੰਗਦੇ ਸਨ ਜਾਂ ਸੜਕਾਂ ਤੋਂ ਕੂੜਾ ਇਕੱਠਾ ਕਰਦੇ ਸਨ। ਉਹਨਾਂ ਦੇ ਪਿਤਾ ਕਸ਼ਮੀਰੀ ਲਾਲ ਬੂਟ ਪਾਲਿਸ਼ ਕਰਦੇ ਸਨ। ਪਿੰਕੀ ਨੇ ਦੱਸਿਆ ਕਿ ਉਸਦੇ ਮਾਪਿਆਂ ਨੇ ਸ਼ੁਰੂਆਤੀ ਝਿਜਕ ਤੋਂ ਬਾਅਦ ਉਸਨੂੰ ਜਾਮਯਾਂਗ ਦੇ ਟੋਂਗਲੇਨ ਟਰੱਸਟ ਦੇ ਹੋਸਟਲ ਦੇ ਵਿੱਚ ਦਾਖਲ ਕਰਵਾਇਆ ਅਤੇ ਉਹ ਸ਼ੁਰੂਆਤੀ ਦੇ ਵਿੱਚ ਉਹ ਉਹਨਾਂ ਦੇ ਪਹਿਲੇ ਬੈਂਚ ਦੇ ਵਿੱਚ ਸੀ ਅਤੇ ਸ਼ੁਰੂਆਤ ਦੇ ਵਿੱਚ ਉਹ ਕਹਿੰਦੀ ਹੈ ਕਿ ਮੈਂ ਬਹੁਤ ਹੀ ਰੋਂਦੀ ਸੀ ਅਤੇ ਪਰਿਵਾਰ ਨੂੰ ਯਾਦ ਕਰਦੀ ਸੀ, ਪਰ ਹੌਲੀ ਹੌਲੀ ਬੱਚਿਆਂ ਦੇ ਨਾਲ ਹੋਸਟਲ ਦੇ ਵਿੱਚ ਉਸਨੇ ਰਹਿਣਾ ਸ਼ੁਰੂ ਕਰ ਦਿੱਤਾ। ਹੋਰ ਬੱਚਿਆਂ ਦੇ ਨਾਲ ਪਿੰਕੀ ਨੂੰ ਵੀ ਧਰਮਸ਼ਾਲਾ ਦੇ ਦਯਾਨੰਦ ਮਾਡਲ ਸਕੂਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਸਕੂਲ ਦੇ ਵਿੱਚ ਅਧਿਆਪਕ ਪੁੱਛਦੇ ਸਨ ਕਿ ਵੱਡੇ ਹੋ ਕੇ ਕੀ ਬਣਨਾ, ਤਾਂ ਹਮੇਸ਼ਾ ਇਹੀ ਕਹਿੰਦੀ ਸੀ ਕਿ ਡਾਕਟਰ ਬਣਨਾ। ਹਾਲਾਂਕਿ ਉਸਨੇ ਉਦੋਂ ਇਹ ਨਹੀਂ ਸੀ ਸੋਚਿਆ ਕਿ ਇੱਕ ਦਿਨ ਉਹ ਆਪਣੇ ਜਨੂੰਨ ਦਾ ਪਿੱਛਾ ਕਰਕੇ ਅਸਲ ਦੇ ਵਿੱਚ ਡਾਕਟਰ ਬਣ ਜਾਏਗੀ। ਇਸ ਦੇ ਨਾਲ ਹੀ ਪਿੰਕੀ ਆਪਣੇ ਭਿਖਾਰੀ ਤੋਂ ਡਾਕਟਰ ਬਣਨ ਦਾ ਜਿਹੜਾ ਸਹਿਰਾ ਹੈ ਉਹ ਭਿਕਸ਼ੂ ਜਾਮਯਾਂਗ ਅਤੇ ਟੋਂਗਲੇਨ ਦੀ ਪੂਰੀ ਟੀਮ ਨੂੰ ਦਿੰਦੀ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਉਸਦੇ ਮਾਤਾ ਪਿਤਾ ਨੇ ਸਿੱਖਿਆ ਦੇ ਮਹੱਤਵ ਨੂੰ ਸਮਝਿਆ ਅਤੇ ਹਰ ਕਦਮ ਦੇ ਵਿੱਚ ਉਸਦਾ ਸਾਥ ਦਿੱਤਾ। ਅਤੇ ਉੱਥੇ ਹੀ ਜਾਮਯਾਂਗ ਦਾ ਕਹਿਣਾ ਹੈ ਕਿ ਸ਼ੁਰੂ ਦੇ ਵਿੱਚ ਉਹਨਾਂ ਨੂੰ ਨਹੀਂ ਸੀ ਪਤਾ ਕਿ ਬੱਚਿਆਂ ਦੇ ਵਿੱਚ ਇੰਨੀ ਜ਼ਿਆਦਾ ਪ੍ਰਤਿਭਾ ਛੁਪੀ ਹੋਈ ਹੈ। ਉਸਨੇ ਆਪਣੇ ਆਪ ਨੂੰ ਬੱਚਿਆਂ ਦੇ ਨਾਲ ਇਸ ਸੋਚ ਦੇ ਨਾਲ ਉਹਨਾਂ ਨੂੰ ਪੜ੍ਹਾਈ ਦੇ ਨਾਲ ਜੋੜਿਆ ਕਿ ਉਹ ਥੋੜ੍ਹਾ ਥੋੜ੍ਹਾ ਸਿੱਖਿਅਤ ਉਹਨਾਂ ਨੂੰ ਕਰ ਸਕਣ ਤਾਂ ਜੋ ਆਪਣਾ ਨਾਮ ਲਿਖਣਾ ਜਿਹੜਾ ਉਹ ਸਿੱਖ ਸਕਣ।